ਮੁੰਡੇ ਵਰਗੀ ਬਰੀਕ ਬੁਸ਼ਲ ਸੋਹਣੀ, ਨਾ ਕੋਈ ਧੁੰਨੀ ਨਾ ਕੋਈ ਕੋਲੀ ਕਿਸੇ ਕਿਸਮ ਦਾ ਮਾਸ਼ਲ ਹੈ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ। ਉਮੀਦ ਕਰਦਾ ਸਭ ਦੇਖਣੇ ਵਾਲੇ ਦੋਸਤ ਖੈਰੀਅਤ ਸੇ ਹੋਣਗੇ। ਮੈਂ ਹਾਂ ਬੁਕਾਸ਼ਾ ਜੀ, ਅੱਜ ਮੌਜੂਦ ਆਪਣੇ ਗਾਓਂ ਵਿੱਚ ਹੀ ਚੋਟ ਫੋਰਾ ਵਿੱਚ ਤਹਿਸੀਲ ਜ਼ਿਲ੍ਹਾ ਸਹੀਵਾਲ ਗਿਆਬਰ ਨੂਸ਼ਾ ਰੋਡ 'ਤੇ ਮੌਜੂਦ ਹਾਂ। ਅਤੇ ਇੱਥੇ ਭਾਈ ਅਮਰ ਕੋਲ ਸਖੇਰੇ ਕੋਲ ਮੱਝਾਂ ਖੜੀਆਂ ਦੋ ਸੇਲ ਵਾਸਤੇ। ਇੱਕ ਤਰੋਕੜ ਝੋਟੀ ਹੈ, ਪਹਿਲਾਂ ਨਹੀਂ ਆਉਣਾ ਤਰੋਕੜ ਵਾਲੀ, ਤਰੋਕੜ ਵੀ ਪਹਿਲਾਂ ਝੋਟੀ ਹੈ ਅਤੇ ਜਿਹੜੀ ਦੂਜੇ ਗੱਬਰ ਨੇ ਇਹ ਵੀ ਪਹਿਲਾਂ ਨੇ। ਅਤੇ ਮਾਸ਼ਾਅੱਲਾ ਚੰਗੀਆਂ ਸੋਹਣੀਆਂ ਝੋਟੀਆਂ ਨੇ ਅਤੇ ਜਾਇਜ਼ ਕੀਮਤ ਦੀਆਂ ਨੇ ਮਾਸ਼ਾਅੱਲਾ। ਅਤੇ ਉਹਨਾਂ ਦੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਂਦੇ ਹਾਂ ਅਤੇ ਕੀਮਤਾਂ ਦੱਸਦੇ ਹਾਂ। ਇਨਸ਼ਾਅੱਲਾ ਬੜੀਆਂ ਮੁਨਾਸਿਬ ਕੀਮਤ ਲਈਆਂ ਹੋਈਆਂ ਨੇ ਇੱਥੇ ਸੇਲ ਵਾਸਤੇ ਨੇ ਜੀ। ਇੱਕ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਝੋਟੀ ਵਿਖਾਉਂਦੇ ਹਾਂ ਜੀ। ਸਭ ਤੋਂ ਪਹਿਲੀ ਝੋਟੀ ਜਿਹੜੀ ਹੈਗੀ ਹੈ ਮਾਸ਼ਾਅੱਲਾ, ਪਹਿਲਾਂ ਝੋਟੀ ਹੈਗੀ ਹੈ ਨੀਲੀ ਦੀ ਝੋਟੀ ਹੈ ਮਾਸ਼ਾਅੱਲਾ। ਦੋਵੇਂ ਨੀਲੀ ਦੇ ਇਲਾਕੇ 'ਚ ਲਿਆਂਦੀਆਂ ਨੇ ਸੇਲ ਵਾਸਤੇ, ਸਿੱਧੀ ਗੱਲ ਘਰ ਘੁਰ ਵਾਲੀਆਂ ਨਹੀਂ ਹੈਗੀਆਂ, ਲਿਆਂਦੀਆਂ ਸੇਲ ਵਾਸਤੇ ਹੋਈਆਂ ਨੇ। ਅਤੇ ਨੀਲੀ ਦੀ ਝੋਟੀ ਹੈ ਆ ਜਿਹੜੀ ਮਾਸ਼ਾਅੱਲਾ, ਝੋਟੀ ਚੈੱਕ ਕਰੋ, ਸੋਹਣੀ ਝੋਟੀ, ਲਾਮ ਚੰਗੀ ਝੋਟੀ ਦੀ, ਨਿੱਕੀ ਨਿੱਕੀ ਸਿੰਗੀ ਹੈ, ਇੱਕ ਅੱਖ ਕਾਲੀ ਹੈ, ਇੱਕ ਚਿੱਟੀ ਹੈ, ਬਰਲੀ ਅੱਖ ਹੈ, ਹੈਂਜੀ। ਅੱਛਾ ਆਓ ਦੇਖੋ ਜੀ, ਇੱਕ ਚਿੱਟੀ ਅੱਖ, ਉਹਦੇ 'ਚ ਵੀ ਕਾਲਾ ਨਿਸ਼ਾਨ ਹੈ ਮਾਸ਼ਾਅੱਲਾ। ਕਾਲੀ ਅੱਖ, ਚਿੱਟੀ ਹੈ, ਅੱਧੀ ਚਿੱਟੀ ਅੱਧੀ ਕਾਲੀ ਜੀ। ਅਤੇ ਸੋਹਣੀ ਮਾਸ਼ਾਅੱਲਾ ਜਿਹੜੀ ਜਿਹਨੂੰ ਆਖੀ ਦਾ ਨਾ ਸੋਹਣੀ ਝੋਟੀ ਹੈ, ਨਿੱਕੀ ਨਿੱਕੀ ਸਿੰਗੀ, ਕਟੀਆਂ ਵਰਗਾ ਸਿੰਘ ਹੈ, ਸਿਹਰੇ ਹਲੇ ਜ਼ਿਕਰ। ਅਤੇ ਲਾਮ ਚੰਗੀ ਝੋਟੀ ਦੀ ਮਾਸ਼ਾਅੱਲਾ, ਥੱਲੋਂ ਝੋਟੀ ਚੰਗੀ ਹੈ, ਜ਼ਿਕਰ ਝੋਟੀ ਕੱਢਦੀ ਦਿਨ 10 ਦਿਨ ਤਾਂ ਪੱਕੇ ਨੇ ਨਾ, ਬਕਾਇਆ ਮਾਲਕ ਕਹਿੰਦੇ 10-15 ਦਿਨ ਕੱਢ ਜਾਏਗੀ ਇਨਸ਼ਾਅੱਲਾ। 10 ਦਿਨ ਜਿਹੜੇ ਹੈਗੇ ਨੇ ਉਹ ਕਨਫਰਮ ਨੇ ਜੀ। ਆ ਮਾੜੀ ਛੱਡ ਕੇ ਆਮਣ ਛੱਡ ਟੋੜੇ ਨਾ, ਸਿਰ ਚੈੱਕ ਕਰੋ ਮਾਸ਼ਾਅੱਲਾ, ਅਤੇ ਸੋਹਣੀ ਝੋਟੀ ਮਾਸ਼ਾਅੱਲਾ, ਲਾਮ ਚੰਗੀ ਝੋਟੀ ਦੀ, ਪਰਾਂ ਨਹੀਂ ਜਾਣਾ। ਚੈੱਕ ਕਰ ਥੱਲੋ ਝੋਟੀ ਹੈ ਜ਼ਿਕਰ, ਨਿੱਕਾ ਨਿੱਕਾ ਸਿੰਘ ਹੈ ਮਾਸ਼ਾਅੱਲਾ, ਕੱਟੀਆਂ ਵਰਗਾ ਸਿੰਘ ਹੈ, ਇਹ ਜੇੜਦੇ ਜੁੜਦੇ ਰਹਿਣ, ਰੇੜੀ ਜੋੜਦੇ ਰਹਿਣ ਇਹਨੂੰ, ਸਿੰਗਲ ਪਾਈ ਰੱਖਿਆ। ਅੱਛਾ ਚੈੱਕ ਕਰ, ਥਣ ਬੜਾ ਸੋਹਣਾ ਮਾਸ਼ਾਅੱਲਾ, ਮੁੱਠ ਮੁੱਠ ਦਾ ਥਣ ਹੈ, ਬੜੀ ਵਿਲ 'ਤੇ ਥਣ ਲੱਗਾ ਹੋਇਆ। ਤਸੱਲੀ ਨਾਲ ਵੇਖ ਲਓ ਮਾਸ਼ਾਅੱਲਾ ਜੀ, ਹਰ ਪਾਸੋਂ ਸੋਹਣੀ ਝੋਟੀ ਹੈ। ਅਤੇ ਜਿਹੜੀ ਝੋਟੀ ਦੀ ਪੁਸ਼ਲ ਹੈ ਮਾਸ਼ਾਅੱਲਾ, ਚੈੱਕ ਕਰੋ, ਬਰੀਕ ਪੁਸ਼ਲ ਹੈ ਪਰਾਂਦੇ ਵਰਗੀ, ਬਰੀਕ ਪੁਸ਼ਲ ਸੋਹਣੀ, ਨਾ ਕੋਈ ਧੁੰਨੀ ਨਾ ਕੋਈ ਕੋਲੀ ਕਿਸੇ ਕਿਸਮ ਦਾ ਮਾਸ਼ਾਅੱਲਾ ਐਬ ਨਹੀਂ ਹੈਗਾ, ਸੋਹਣੀ ਝੋਟੀ ਹੈ। ਅਤੇ ਇਹਦੀ ਕੀਮਤ ਵੀ ਮੁਨਾਸਿਬ ਹੈ, ਕੀਮਤ ਤੁਹਾਨੂੰ ਐਂਡ 'ਤੇ ਦੱਸਣੀ, ਇਸ ਤੋਂ ਬਾਅਦ ਤੁਹਾਨੂੰ ਪਹਿਲਾਂ ਵਿਖਾਉਣੀ ਆ ਤਰੋਕੜ ਝੋਟੀ ਇੱਕ ਜਿਹੜੀ, ਇਹ ਗੱਬਨ ਸੀ ਮਾਸ਼ਾਅੱਲਾ, ਉਸ ਤੋਂ ਬਾਅਦ ਤੁਹਾਨੂੰ ਵਿਖਾਉਣੀ ਆ ਜਿਹੜੀ ਤਰੋਕੜ ਝੋਟੀ ਸਾਡੇ ਕੋਲ ਖੜ੍ਹੀ ਹੈ, ਉਹ ਭਾਈ ਜਾਨ ਕੋਲ ਖਾਲੀ ਹੈ, ਇਹ ਵੀ ਸੇਲ ਵਾਸਤੇ ਤਰੋਕੜ ਹੈ। ਆਹ ਮਾਸ਼ਾਅੱਲਾ ਝੋਟੀ ਹੈ ਤਰੋਕੜ, ਇਹ ਇਹਦਾ ਵੀ ਕੱਦ ਚੰਗਾ ਮਾਸ਼ਾਅੱਲਾ, ਨੀਲੀ ਦੀ ਝੋਟੀ ਹੈ ਸੋਹਣੀ, ਥਣ ਬੜਾ ਸੋਹਣਾ ਝੋਟੀ ਲੱਗਾ ਹੋਇਆ। ਚੈੱਕ ਕਰੋ ਜੀ, ਦੁੱਧ ਕਿੰਨਾ ਹੈਗਾ ਭਾਈ ਅਮਰਿੰਦ ਥੱਲੇ? 10 ਰ, 2 ਟਾਈਮਾਂ ਦਾ 10 ਰ ਦੁੱਧ ਹੈ ਮਾਸ਼ਾਅੱਲਾ, ਸੋਹਣਾ ਸਾਹਣੇ, ਬਰੀਕ ਪੁੱਛੇ ਲੈਂਦੀ ਵੀ ਮਾਸ਼ਾਅੱਲਾ। ਚੈੱਕ ਕਰੋ ਜੀ, ਛੱਡ ਕੇ ਥੋੜ੍ਹਾ ਟੋਰੀ ਨਾ, ਇਸ ਸਾਈਡ ਟੋਰੀ, ਕਾਲੀ ਸ਼ਾਹ ਮਾਸ਼ਾਅੱਲਾ ਮਾਝ, ਚੈੱਕ ਕਰੋ, ਚੱਲ ਬਾਹ ਬੰਨ ਦਿਓ, ਲੈ ਬੰਨ ਦਿਓ,
ਚੈੱਕ ਕਰ ਲਓ ਜੀ, ਮਾਸ਼ਾਅੱਲਾ ਦੋਵੇਂ ਝੋਟੀਆਂ ਮੂਰਤਾਂ ਨੇ, ਸੋਹਣੀਆਂ ਝੋਟੀਆਂ ਨੇ, ਬਰੀਕ ਜੀ ਧੋਣ ਨੇ, ਨਾ ਤੁੰਨੀ ਨਾ ਕੋਲੀ, ਥਣ ਬੜਾ ਸੋਹਣਾ ਮਾਸ਼ਾਅੱਲਾ। ਦੁੱਧ 10 ਕਿਲੋ ਹੈਗਾ ਦੋ ਟਾਈਮਾਂ ਦਾ, ਅਤੇ ਮਗਰ ਇਹਨੇ ਕੀ ਹੈ ਆ ਕੱਟਾ ਜੀ, ਮਗਰ ਮਾਸ਼ਾਅੱਲਾ ਕੱਟਾ ਵੀ ਚੰਗਾ, ਅੱਜ 35-40 ਹਜ਼ਾਰ ਦਾ ਤਾਂ ਕੱਟਾ ਵੀ ਮਗਰ ਹੈਗਾ, 10 ਕਿਲੋ ਦੁੱਧ ਦੇ ਮਤਲਬ ਮਗਰ ਆ ਕੱਟਾ ਹੈਗਾ, 40 ਹਜ਼ਾਰ ਦਾ ਕੱਟਾ ਹੈਗਾ। ਅਗਰ ਲੈਦਾ ਕਿਸੇ ਨੂੰ ਨਾਲ ਵੇਚਣਾ ਹੋਵੇ, ਇਕੱਲੀ ਮੱਝ ਵੀ ਲੈਣੀ ਹੋਵੇ ਮੱਝ ਵੀ ਮਿਲ ਸਕਦੀ ਹੈ, ਬਾਕੀ ਕੱਟੇ 'ਤੇ ਮੱਝ ਮਿਲਦੀ ਨਾ, ਕੱਟੇ 'ਤੇ ਮਿਲਦੀ। ਅੱਛਾ ਬਈ ਆਮਾਰ ਇੱਥੇ ਹੋ ਗਿਆ ਨਾ, ਸਾਹਮਣੇ ਹੋ ਕੇ ਇਹਨਾਂ ਦਾ ਮੁੱਲ ਦੱਸ ਦੇ, ਪੱਕਾ ਪੱਕਾ ਮੁੱਲ ਦੱਸਣਾ ਜਿੱਥੇ ਆਪਾਂ ਮੱਝਾਂ ਦੇਣੀਆਂ ਨੇ, ਗੁੰਜਾਇਸ਼ ਨਾ ਹੋਵੇ। ਕਿੰਨੇ ਦੇ ਦੇਣੀ ਹੈ? ਪੂਰੇ 4 ਲੱਖ ਦੀ ਪੱਕੀ ਗੱਲ ਹੈ, ਘਾਟਾ ਵੱਧ ਹੋ ਸਕਦਾ ਕਿ ਨਹੀਂ? ਹੋਰ ਠੀਕ ਹੋ ਗਿਆ ਜੀ, 4 ਲੱਖ ਰੁਪਇਆ ਮੁੱਲ ਹੈ ਮਾਸ਼ਾਅੱਲਾ, ਅਤੇ ਹੋਰ ਵੀ ਪਿਆਰ ਮੁਹੱਬਤ ਹੋ ਸਕਦੀ ਹੈ। ਉਸ ਤੋਂ ਬਾਅਦ ਜਿਹੜੀ ਆਹ ਤਰੋਕੜ ਝੋਟੀ ਹੈ, ਥੱਲੇ 10 ਕਿਲੋ ਦੁੱਧ ਦੇ ਮਗਰ ਕੱਟਿਆ ਹੈਗਾ ਮਾਸ਼ਾਅੱਲਾ, ਤੁਹਾਨੂੰ ਕੱਟਾ ਵੀ ਦਿਖਾਇਆ, ਤਕਰੀਬਨ 40 ਹਜ਼ਾਰ ਦਾ ਕੱਟਾ ਵੀ ਹੈਗਾ। ਇਹਦਾ ਮੁੱਲ ਦੱਸੀ? 380 ਮੰਗਦੇ ਹਾਂ ਜੀ, ਸਾਢੇ 3 ਦੀ, 3.5 ਦੀ ਜੀ ਮੁੱਲ ਮਾਸ਼ਾਅੱਲਾ ਮੁਨਾਸਬ ਨੇ, 3.5 ਲੱਖ ਰੁਪਇਆ ਤਰੋਕੜ ਮਾਝ ਜੇ, ਇਹਦਾ 10 ਕਿਲੋ ਦੁੱਧ ਦੇ ਮਗਰ ਆਹ ਕੱਟਿਆ, ਚੈੱਕ ਕਰੋ, ਅਤੇ 10 ਕਿਲੋ ਦੁੱਧ ਹੈਗਾ, ਇਹਦਾ ਮੁੱਲ ਹੈਗਾ 3.5 ਲੱਖ ਰੁਪਇਆ। ਉਸ ਤੋਂ ਬਾਅਦ ਆ ਜਿਹੜੀ ਗੱਬਨ ਝੋਟੀ ਹੈ, ਦਿਨ ਕੱਢ ਦਈਏ ਜੇ 10 ਤੋਂ 15 ਦਿਨ ਕੱਢ ਦਈਏ, ਸੋਹਣੀ ਝੋਟੀ ਮਾਸ਼ਾਅੱਲਾ ਨੀਲੀ ਦੀ, ਨਿੱਕਾ ਨਿੱਕਾ ਸਿੰਗ, ਬਰੀਕ ਪੁਛੇ, ਨਾ ਕੋਈ ਧੁੰਨੀ ਨਾ ਕੋਈ ਕੋਲੀ, ਅਤੇ ਇਹਦਾ ਮੁੱਲ 4.5 ਲੱਖ ਕਰ ਦੇਣ ਬਕਾਇਆ, ਕਿ ਭਾਈ ਕਹਿੰਦੇ 4 ਲੱਖ ਦੀ ਮੱਝ ਆਪਾਂ ਦੇ ਦਿਆਂਗੇ, ਅਤੇ ਅਗਰ ਕੋਈ ਬਾਈ ਲੈਣਾ ਚਾਹੁੰਦਾ ਰਾਬਤਾ ਕਰ ਸਕਦਾ, ਅਤੇ ਹੋਰ ਵੀ ਪਿਆਰ ਉਮਰ ਇਨਸ਼ਾਅੱਲਾ ਹੋ ਜਾਏਗੀ। ਸਕਰੀਨ 'ਤੇ ਨੰਬਰ ਮੈਂਸ਼ਨ ਹੈ, ਇਨਸ਼ਾਅੱਲਾ ਮਿਲਦੇ ਅਗਲੀ ਵੀਡੀਓ 'ਚ, ਆਪਣਾ ਖਿਆਲ ਰੱਖੇਗਾ, ਅੱਲਾ ਹਾਫਿਜ਼।